है ता दोने देसी ने जी ये दोने ने मतलब लाख रुपया होना सी एक इना ने 12 15 लाख रुपया अजे तैयारी पटते सी सर ये जरा बारे क्या गैंग है एक बारे की तुसी असीं एक एक गैंग फड़िया जिहदे च अजे बंदे होर भी इंटरोगेशन च फड़ने अजे रहिंदे आ उह असीं दस नहीं सकदे गे जिहड़े असीं बंदे गिरफ्तार कर लिया असीं कोई 7 दे करीब बंदे जिहड़े अरैसट कर लए आ ते इक बंदा अजे साथों भज गया सीगा उहनूं असीं जल्दी फड़ांगे ये जिहड़े बंदे असीं 7 फड़े आ इहनां तों मतलब 2 वैपन रिकवर हो चुके आ एक इन्हें किंदा किंदा इन्हों का कुलविंदर किंदा जिहड़ा मेन बंदा वो तो 315 बोर्ड का देसी कट्टा बरामद होया एक संजू आ नाम का बंदा है मैंबर है इन्हों बहुत क्रिमिनल बंदा संजू दे तो भी एक पिस्टल बरामद होया 32 बोर्ड का वह भी यूपी का बनया भी है तो होर इन्हों तो मारू हथियार मिले ने कल असी इन्हों मतलब गिरफ्तार किया डकैती की तैयारी कर रहे थे ਸਾਡੇ ਕੋਲ ਇਨਫੋਰਮੇਸ਼ਨ ਤੋਂ ਬਾਅਦ ਜਾ ਕੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਮੌਕੇ ਤੋਂ ਇਹਨਾਂ ਨੇ ਮਤਲਬ ਜਿਹੜੀ ਹੁਣ ਤੱਕ ਦੀ ਜਿਹੜੀ ਸਾਡੀ ਮੁੱਢਲੀ ਪੁੱਛਗਿੱਛ ਤੇ ਸਾਨੂੰ ਦੱਸਿਆ ਵੀ ਇਹਨਾਂ ਨੇ 2-3 ਵਾਰਦਾਤਾਂ ਮਤਲਬ ਕਰਨੀਆਂ ਸੀਗੀਆਂ ਜਿਹੜੀਆਂ ਅਜੇ ਮੰਨੀਆਂ ਨੇ ਸਾਡੇ ਕੋਲ ਕੁਝ ਇਹਨਾਂ ਨੇ ਮਤਲਬ 12-13 ਲੱਖ ਰੁਪਈਆ ਅੱਜ ਤੋਂ ਫਿਰੋਜ਼ਪੁਰ ਚੋਂ ਹੀ ਕਿਸੇ ਜਗ੍ਹਾ ਤੋਂ ਸਨਕੋਲ ਨੂੰ ਖੋਣਾ ਸੀਗਾ ਫਿਰ ਇੱਕ ਇਹਨਾਂ ਨੇ ਲੁਧਿਆਣੇ ਕਿਸੇ ਬਿਜ਼ਨਸਮੈਨ ਤੋਂ ਉਹ ਕਰਨੀ ਸੀ ਅਤੇ ਇੱਕ ਕਿਸੇ ਜਗ੍ਹਾ ਤੋਂ 1 ਲੱਖ ਰੁਪਈਆ ਖੋਣਾ ਸੀਗਾ ਉਹ ਅਸੀਂ ਹੁਣ ਇਹਨਾਂ ਤੋਂ ਮਤਲਬ ਟਰੇਸ ਕਰਾਂਗੇ ਵੀ ਕਿਹੜੇ ਬੰਦੇ ਆ ਮਤਲਬ ਉਹਨਾਂ ਦੇ ਨਾਂ ਨੂੰ ਫਿਰ ਆ ਕੇ ਉਹਨਾਂ ਨੂੰ ਲਾਟ ਹੋ ਕੇ ਬਚ ਗਏ ਉਹ ਇਹਨਾਂ ਦੇ ਫੜਨ ਨਾਲ ਉਹ ਵਾਰਦਾਤਾਂ ਬਚ ਗਈਆਂ ਇਹ ਆਮ ਜਿਹੜਾ ਅਜੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਪਰਚੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਵੱਖ ਵੱਖ ਥਾਣਿਆਂ 'ਚ ਪਰਚੇ ਦਰਜ ਨੇ ਕੋਈ ਲੋਟਾਂ ਖੋਹਾਂ ਦੇ ਆ ਕੋਈ ਫਾਇਰਿੰਗ ਦੇ ਆ ਕੋਈ ਹੋਰ ਹੈ ਇਹ ਜਿਹੜੇ ਵੈਪਨ ਸੀਗੇ ਇਹ ਯੂਪੀ 'ਚੋਂ ਲੈ ਕੇ ਆਏ ਸੀਗੇ ਅਤੇ ਅਜੇ ਜਿਹੜਾ ਬੰਦਾ ਸਦਾ ਇੱਕ ਭਗੌੜਾ ਹੈਗਾ ਉਹਦੇ ਤੋਂ ਮਤਲਬ ਅਜੇ ਇੱਕ ਵੈਪਨ ਉਹਦੇ ਕੋਲ ਆ ਉਹ ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਅਤੇ ਉਹ ਤੋਂ ਕਰਾਂਗੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਸਾਡਾ ਥਾਣਾ ਫਾਜ਼ਿਲਕਾ ਜਿਹੜਾ ਉਹਦੇ 'ਚ ਅਸੀਂ ਇੱਦਾਂ ਦੇ ਖਿਲਾਫ਼ ਪਰਚਾ ਦਰਜ ਕਰਕੇ ਇਹ ਗ੍ਰਿਫਤਾਰ ਕੀਤੇ ਆ ਅਤੇ ਪੁੱਛਗਿੱਛ ਇਹਨਾਂ ਦੀ ਕਰਾਂਗੇ ਰਿਮਾਂਡ ਲੈ ਪੁਲਿਸ ਰਿਮਾਂਡ ਲੈ ਕੇ ਅਤੇ ਸਾਨੂੰ ਆਸ ਹੈ ਕਿ ਹੋਰ ਵੀ ਮਤਲਬ ਕਈ ਮਤਲਬ ਕੇਸ ਟ੍ਰੇਸ ਹੋ ਸਕਦੇ ਆ ਅਤੇ ਇਹਨਾਂ ਦੇ ਫੜਨ ਨਾਲ ਮਤਲਬ ਫਿਰੋਜ਼ਪੁਰ ਅਤੇ ਨਾਲ ਵਾਲੇ ਜ਼ਿਲ੍ਹੇ ਅਤੇ ਇਹ ਦੂਜੀਆਂ ਸਟੇਟਾਂ 'ਚ ਵੀ ਚਲੇ ਜਾਂਦੇ ਆ ਹਰਿਆਣੇ 'ਚ ਰਾਜਸਥਾਨ 'ਚ ਕਈ ਮੁਕੱਦਮੇ ਮਤਲਬ ਟ੍ਰੇਸ ਹੋਣਗੇ ਅਤੇ ਅੱਗੇ ਜਿਹੜੀ ਕ੍ਰਾਈਮ ਨੂੰ ਠੱਲ ਪਊਗੀ।